ਕਾਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਗਿਆ ਬਾਈ ਹੁਣ ਖਿੱਚਣਾ ਸੀ ਅਸੀਂ ਸਰਕਾਰਾਂ ਕਹਿੰਦੀਆਂ ਵੀ ਮੰਨ ਲਓ ਜਿਹੜੇ ਗਰੀਬਾਂ ਨੂੰ ਦਸ ਲੋਕਾਂ ਦਾਅਵੇ ਕਰਦੇ ਵੀ ਉਹਨਾਂ ਨੂੰ ਸਹੂਲਤਾਂ ਦਿੰਦੇ ਹਾਂ ਅਤੇ ਪਰ ਅੱਜ ਅਸੀਂ ਬਠਿੰਡਾ ਮਲੋਟ ਰੋਡ 'ਤੇ ਇੱਥੇ ਖੜ੍ਹੇ ਹਾਂ ਵੀ ਜਿੱਥੇ ਇੱਕ ਆਸ ਪਾਸ ਪਿੰਡਾਂ ਦੇ ਜਿਹੜੇ ਦਿਓਣ ਜਾਂ ਬੁਲਾਡੇ ਵਾਲਾ ਇਹਨਾਂ ਪਿੰਡਾਂ ਦੇ ਲੋਕ ਆ ਜਿਹੜੇ ਹਰ ਰੋਜ਼ ਚੁੱਲ੍ਹੇ ਦੀ ਅੱਗ ਬਚਾਉਣ ਲਈ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਰੀਰ ਉਹਨਾਂ ਨੂੰ ਪੇਟ ਨੂੰ ਝੁਲਕਾ ਦੇਣ ਲਈ ਇੱਥੋਂ ਲੱਕੜਾਂ ਇਕੱਠੀਆਂ ਕਰਕੇ ਲਿਜਾਂਦੇ ਆ ਹਰ ਰੋਜ਼ ਤਕਰੀਬਨ 150 ਪਰਿਵਾਰ ਇੱਥੇ ਹਰ ਰੋਜ਼ ਆਉਂਦੇ ਆ ਬੱਚੇ ਹੁੰਦੇ ਉਹਨਾਂ 'ਚ ਪਤਾਵਾ ਹੁੰਦੀਆਂ ਬਜ਼ੁਰਗ ਔਰਤਾਂ ਹੁੰਦੀਆਂ ਨਾਲ ਬਜ਼ੁਰਗ ਉਹਦੇ ਨੌਜਵਾਨ ਉਹਦੇ 'ਚ ਜਿਹੜੇ ਇਹ ਲੱਕੜਾਂ ਸਵੇਰੇ ਆਉਂਦੇ ਆ 10 ਵਜੇ ਅਤੇ 4 ਵਜੇ ਤੱਕ ਇੱਥੇ ਬੈਠੇ ਰਹਿੰਦੇ ਆ ਇਕੱਠੀਆਂ ਕਰਕੇ ਕਿਉਂਕਿ ਪਿੰਡ ਇੱਥੋਂ 8 ਕਿਲੋਮੀਟਰ ਦੀ ਦੂਰੀ 'ਤੇ ਆ ਕੋਈ ਹੋਰ ਹੈ ਨਹੀਂ ਤਾਂ ਫਿਰ ਟਰੈਕਟਰ ਆਉਂਦੇ ਆ ਜਿਹੜੇ ਕਿ ਭੱਠਿਆਂ ਦੇ ਆਸ ਪਾਸ ਆਉਂਦੇ ਆ ਉਹ ਭੱਠਿਆਂ ਦੇ ਟਰੈਕਟਰ ਆ ਕੇ ਇਹਨਾਂ ਦੇ ਇਹ ਲੱਕੜਾਂ ਲੈ ਕੇ ਜਾਂਦੇ ਆ ਅਤੇ ਸ਼ਾਮ ਤੱਕ ਤਕਰੀਬਨ ਸਾਰਾ ਦਿਨ ਹੀ ਇਹਨਾਂ ਨੂੰ ਲੱਗ ਜਾਂਦਾ ਅਤੇ ਪਿਛਲੇ ਦਿਨੀ ਬਾਰਿਸ਼ਾਂ ਪਈਆਂ ਅਤੇ ਕੜਾਕੇ ਦੀ ਠੰਡ ਰਹੀ ਹੱਥ ਕੋਈ ਬਾਹਰ ਕੱਢਣ ਨੂੰ ਜੀ ਨਹੀਂ ਕਰਦਾ ਹੁੰਦਾ ਅਤੇ ਇਹ ਲੋਕ ਇਹਨਾਂ ਲੱਕੜਾਂ ਦੀ ਜਿਹੜੀਆਂ ਕੰਡਿਆਲੀਆਂ ਕਿੱਕਰਾਂ ਇਹ ਸੁੱਕੀਆਂ ਕਿੱਕਰਾਂ ਨੂੰ ਲਿਆਉਣ ਲਈ ਆਪਦੇ ਜਿੱਲੇ ਦੀ ਘਰ ਦੀ ਅੱਗ ਬਾਲਣ ਲਈ ਇਹਨਾਂ ਇੱਥੇ ਆਉਂਦੇ ਰਹੇ ਆ ਅਤੇ ਅੱਜ ਵੀ ਆਏ ਆ ਅਤੇ ਹਰ ਰੋਜ਼ ਹੀ ਆਉਂਦੇ ਆ ਕਈ 5-7 ਸਾਲਾਂ ਤੋਂ ਆਉਂਦੇ ਆ ਅਤੇ ਅੱਗੇ ਤੋਂ ਵੀ ਵਰਤਾਰਾ ਇਸੇ ਹੀ ਚੱਲਿਆ ਆ ਰਿਹਾ ਅਤੇ ਸਰਕਾਰਾਂ ਦੇ ਕਹਿ ਰਹੀਆਂ ਵੀ ਅਸੀਂ ਬਹੁਤ ਵੱਡੀਆਂ ਸਹੂਲਤਾਂ ਦਿੰਦੇ ਹਾਂ ਪਰ ਇਹਨਾਂ ਦਾ ਕਹਿਣਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵਿੱਚ ਬਹੁਤ ਘੱਟ ਸਹੂਲਤਾਂ ਮਿਲਦੀਆਂ ਤੇਰਾ ਪਿੰਡ ਵੀ ਦਿਓਣਾ ਹਾਂਜੀ ਤੇ ਨਿੱਕੂ ਇਹ ਕਿੰਨੇ ਚਿਰ ਤੋਂ ਆਉਣਾ ਤੂੰ ਆਹ ਜਣੀ ਅੱਜ ਹੀ ਆਇਆ ਕਿ ਪਹਿਲਾਂ ਵੀ ਆਉਂਦਾ ਰਿਹਾ ਪਹਿਲਾਂ ਵੀ ਆਉਂਦਾ ਰਿਹਾ ਤੇ ਇਹ ਤਾਂ ਕੰਮ ਤਾਂ ਬਹੁਤ ਔਖਾ ਆ ਬਹੁਤ ਕੰਡਿਆਲੀਆਂ ਕਿੱਕਰਾਂ ਤੇ ਤੂੰ ਵੀ ਤੇਰੇ ਵੀ ਹੱਥਾਂ ਹੁੱਥਾਂ ਤੇ ਉਹ ਵੱਜਦੀਆਂ ਹੋਣੀਆਂ ਨਾਲ ਹਾਂਜੀ ਵੱਜਦੀਆਂ ਜੀ ਤੇ ਕਿੰਨੀਆਂ ਇਕੱਠੀਆਂ ਕਰ ਲੈਣਿਆ ਤੂੰ ਵੀ ਜਿੰਨੇ ਜਿੰਨੀਆਂ ਕੁ ਹੋ ਜਾਂਦੀਆਂ ਨਹੀਂ ਉਹਨੀਆਂ ਕੀ ਲੈ ਜਾਂਦੇ ਤੇ ਕੌਣ ਪਰਿਵਾਰ ਦਾ ਹੋਰ ਕੌਣ ਆ ਤੇਰੇ ਨਾਲ ਮੇਰੀ ਮੰਮੀ ਜਿਹੜੇ ਮੰਮੀ ਨੇ ਹੱਥ ਵਟਾਉਣਾ ਤੇ ਪੜ੍ਹਨ ਸਕੂਲ ਨਹੀਂ ਜਾਂਦਾ ਫਿਰ ਸਕੂਲ ਤਾਂ ਲੱਗੇ ਆ ਜੀ ਹੁਣ ਲੱਕੜਾਂ ਹੈ ਨਹੀਂ ਤੇ ਲੱਕੜਾਂ ਆਈਆਂ ਤੇ ਲੈ ਗਈ ਜਾਣਗੇ ਕੀ ਬਾਤ ਆ ਵੀ ਲੱਕੜਾਂ ਨਾ ਹੋਣ ਕਾਰਨ ਮਜਬੂਰੀ ਬਣ ਗਈ ਵੀ ਸਕੂਲ ਫਿਰ ਕੀ ਕਰਾਂਗੇ ਜਦੋਂ ਇੱਥੇ ਘਰ ਦਾ ਚੁੱਲ੍ਹਾ ਚਕਾਉਣ ਲਈ ਹਨਾ ਤੁਹਾਡਾ ਕੀ ਨਾਂ ਵੀ ਪਰਮਵੀਰ ਪਰਮਵੀਰ ਤੇ ਮਤਲਬ ਤੂੰ ਵੀ ਤੇਰੇ ਵੀ ਪਰਿਵਾਰ ਦੇ ਨਾਲ ਕਿਸੇ ਦੇ ਮੈਂਬਰ ਦੇ ਆਏ ਨਾਲ ਨਹੀਂ ਇਕੱਲਾ ਹੀ ਲਿਜਾਂਦਾ ਕਿੰਨਾ ਚਿਰ ਹੋ ਗਿਆ ਸਾਲ ਤੇ ਪੜ੍ਹਾਈ ਨਹੀਂ ਕਰ ਸਕਿਆ ਹੋਰ ਕੰਮ ਕੋਈ ਕਰਦਾ ਨਾਲ ਕੋਈ ਕਿਤੇ ਦਿਹਾੜੀ ਦੱਪਾ ਜਾ ਮੋਬਾਈਲਾਂ ਤੋਂ ਬਚਿਆ ਬਚਿਆ ਕਿ ਚਲਾਉਣਾ ਬਚੇ ਅੱਛਾ ਮੋਬਾਈਲਾਂ ਤੋਂ ਬਚੇ ਆ ਤੇ ਹੋਰ ਘਰ ਦਾ ਫਿਰ ਕਿਵੇਂ ਗੁਜ਼ਾਰਾ ਚੱਲਦਾ ਤੁਹਾਡੇ ਮਾਂ ਬਾਪ ਕੀ ਕਰਦੇ ਆ ਦਿਹਾੜੀ ਜਾਂਦੇ ਆ ਇਹਦੇ ਕਰਕੇ ਹੁਣ ਤੂੰ ਆਹ ਕਿੰਨਾ ਚਿਰ ਹੋ ਗਿਆ ਲਿਜਾਂਦੇ ਨੂੰ ਸਾਲ ਇੱਕ ਸਾਲ ਤੋਂ ਹੋਣਾ ਆਹ ਸਿਆਲ ਸੂਲ ਜਿਹੜੀ ਆ ਮੰਨ ਲਓ ਆਹ ਲੰਘੇ ਆਈ ਤੁਹਾਡੇ ਤੇ ਉੱਤੇ ਲੰਘੇ ਆ ਤੇਰਾ ਕੀ ਨਾਮ ਵੀ ਕਾਕਾ ਅਵਤਾਰ ਅਵਤਾਰ ਤੂੰ ਪੜ੍ਹਾਈ ਨਹੀਂ ਕੀਤੀ ਪਹਿਲਾਂ ਸ਼ੁਰੂ 'ਚ ਲੱਗਿਆ ਹੀ ਨਹੀਂ ਕਿ ਪੜ੍ਹਦਾ ਰਿਹਾ ਹੁਣ ਸਕੂਲ 'ਚ ਪੜ੍ਹਦਾ ਹਟ ਗਿਆ ਨਾ ਵੇਦੀ ਚੱਲ ਆ ਤਾਂ ਜ਼ਰੂਰ ਪਰ ਲੱਕੜਾਂ ਮਾਰਾ ਮਜਬੂਰੀ ਬਣ ਗਈ ਹੈਨਾ ਤੇ ਪਰਿਵਾਰ ਦਾ ਕੌਣ ਆ ਤੁਹਾਡਾ ਨਾਲ ਆਉਂਦਾ ਕੋਈ ਤੁਹਾਡਾ ਹੈ
ਤੇ ਕਿੰਨੀ ਉਮਰ ਹੋਣੀ ਹੈ ਤੁਹਾਡੀ? ਹੈਂ? ਤੇ ਕਿੰਨੇ ਚਿਰ ਦੇ ਲੱਕੜਾਂ ਲੈ ਕੇ ਜਾਂਦੇ ਆ ਇੱਥੇ ਜਿਹੜੇ ਆਉਣੇ ਜਾਂਦੇ ਆ ਸੁੱਕੀਆਂ ਜਿਹੜੇ ਲੱਕੜਾਂ ਘਰ ਵਾਸਤੇ ਲਿਜਾਂਦੇ ਆ? ਤੇ ਇਹ ਆਹ ਹੁਣ ਜਿਵੇਂ ਕਿੱਕਰਾਂ ਦੇ ਕੰਡੇ ਬਹੁਤ ਹੁੰਦੇ ਆ ਤੇ ਹੱਥਾਂ ਹੁੱਥਾਂ ਤੇ ਵੱਜ ਜਾਂਦੇ ਆ, ਦਿਖਾਇਓ ਹੱਥ। ਬਾਹਰ ਟੁੱਟੀ ਆ। ਕਿਵੇਂ ਚੱਲਦਾ ਪਰਿਵਾਰ ਫਿਰ? ਇਹ ਤਾਂ ਲੱਕੜਾਂ ਤੇ ਘੀ ਆ, ਇਹਦੂ ਬਾਹਰ ਖਰਚੇ ਪਰਿਵਾਰ ਪਾਲਣ ਲਈ ਬਹੁਤ ਹੁੰਦੇ ਹੋਣੇ ਆ। ਤੇ ਜਿਹੜੀਆਂ ਸਰਕਾਰੀ ਸਹੂਲਤਾਂ, ਜਿਵੇਂ ਕੋਈ ਸਰਕਾਰ ਕਹਿੰਦੀ ਅਸੀਂ ਵੀ ਇੰਨੀਆਂ ਸਹੂਲਤਾਂ ਦਿੰਦੇ ਹਾਂ ਗਰੀਬਾਂ ਨੂੰ, ਤਾਂ ਬਾਹਰ ਦੀਆਂ ਸਹੂਲਤਾਂ ਦਿੰਦੇ ਆ, ਉਹ ਤੁਹਾਨੂੰ ਮਿਲਦੀਆਂ ਨਹੀਂ? ਜਿਵੇਂ ਆ ਸਿਲੰਡਰ ਦਿੱਤੇ ਆ, ਕਈਆਂ ਨੇ ਫ੍ਰੀ ਸਿਲੰਡਰ ਦਿੱਤੇ ਆ। ਅੱਛਾ, ਸਿਲੰਡਰ ਨਹੀਂ ਮਿਲਿਆ, ਤੁਹਾਡਾ ਪਿੰਡ ਵੀ ਦਿਵਾਉਣਾ? ਜਿਹੜੀ ਆ ਮੋਦੀ ਦੀ ਸਕੀਮ ਸੀ, ਜਿਵੇਂ ਮੋਦੀ ਨੇ ਕਿਹਾ ਸੀ ਵੀ ਖਾਤੇ ਖਿਲਾਓ 15-15 ਲੱਖ ਰੁਪਇਆ ਆਊਗਾ, ਉਹ ਤੁਹਾਨੂੰ ਆਇਆ ਕੋਈ? ਨਹੀਂ। ਹੁਣ ਤੱਕ ਮੋਦੀ ਦੀ ਜਿਹੜੀਆਂ ਸਕੀਮਾਂ ਚੱਲਦੀਆਂ ਉਹਦਾ ਕੋਈ ਫਾਇਦਾ ਮਿਲਿਆ? ਅੱਛਾ, ਕੋਈ ਸਿਲੰਡਰ ਨਹੀਂ ਮਿਲਿਆ, ਕੋਈ ਸਕੀਮ ਜਿਹੜੀ ਚੱਲਦੀ ਆ ਕੋਈ ਨਹੀਂ ਮਿਲੀ? ਤੇ ਘਰ ਬਾਰ ਆ ਕਿਵੇਂ ਆ? ਵੀ ਘਰਾਂ ਦੇ ਪੈਸੇ ਵੀ ਆਉਂਦੇ ਹੁੰਦੇ ਆ? ਤੇ ਬਾਥਰੂਮ ਲੈਟਰਿਨ ਕਿੱਥੇ ਜੇ ਘਰ ਆ ਤੁਹਾਡਾ ਪਿੰਡ ਵਿਆਹੁਣ? ਨਹੀਂ, ਜਿਹੜੇ ਆਹ ਜਦੋਂ ਮੀਂਹ ਪਏ ਆ ਉਦੋਂ ਘਰਾਂ ਮਤਲਬ ਡਿੱਗੇ ਆ, ਕੁਛ ਪਾਟੇ ਆ, ਜਾਂ ਉਦੋਂ ਪੈਸਾ ਮਿਲਿਆ ਕੋਈ ਹੁਣ ਤੱਕ? ਅੱਜ ਤੱਕ ਕੋਈ ਨਹੀਂ। ਤੇ ਉਹ ਕਿਵੇਂ ਆ ਤੁਹਾਡੇ ਕੰਧਾਂ ਕੁੰਧਾਂ ਕੋਈ ਕਮਰੇ ਡਿੱਗੇ ਸੀ ਉਸ ਟਾਈਮ ਤੇ? ਅੱਛਾ, ਜਿਵੇਂ ਹੁਣ ਤੁਸੀਂ ਇੱਥੇ ਆਉਣੇ ਆ 10 ਵਜੇ, ਤੁਸੀਂ ਦੱਸਿਆ ਵੀ 10 ਵਜੇ ਆ ਜਾਂਦੇ ਆ, ਇੱਥੇ ਬੈਠੇ ਨੂੰ 2 ਵੀ ਵੱਜ ਜਾਂਦੇ ਆ, 4 ਵੀ ਵੱਜ ਸਕਦੇ ਆ। ਤੇ ਇਹਦਾ ਜਿਹੜਾ ਮਤਲਬ ਰੋਟੀ ਨਾਲ ਪਕਾ ਕੇ ਲਿਆਉਣੇ ਆ? ਕਿਵੇਂ ਹੋਰ ਵਧੀਆ ਬਣ ਸਕਦਾ ਹੈ ਤੁਹਾਡਾ ਆਪਣਾ ਡੀ ਨਿਊਜ਼ ਪੰਜਾਬ? ਇਸ ਦੇ ਲਈ ਤੁਸੀਂ ਸਾਨੂੰ ਆਪਣੀ ਕੀਮਤੀ ਰਾਏ ਦਿੰਦੇ ਰਿਹਾ ਕਰੋ। ਕੀਮਤੀ ਰਾਏ ਦੇਣ ਦੇ ਲਈ ਤੁਸੀਂ ਵੀਡੀਓ ਤੋਂ ਥੱਲੇ ਕਮੈਂਟ ਵੀ ਕਰ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਡੀ ਨਿਊਜ਼ ਪੰਜਾਬ 'ਤੇ ਇੰਟਰਵਿਊਜ਼, ਖਬਰਾਂ ਅਤੇ ਹੋਰ ਪ੍ਰੋਗਰਾਮ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।